ਮਰਨਾ ਪੈਣਾ ਤੈਨੂੰ ਕਿਉਂਕਿ ਜੂਣਾ ਝੂਠ ਹੈ ਤੇ ਮਰਨਾ ਸੱਚ ਹੈ ਤੂੰ ਇਹਨਾਂ ਪੰਕਤੀਆਂ ਨੂੰ ਸਮਝਿਆ ਨਹੀਂ ਇਸ ਲਈ ਅਸੀਂ ਵੀ ਕਿਤੇ ਨਾ ਰਬੀ ਬਾਣੀ ਕੱਲੀ ਪੜਨ ਤੇ ਮੱਥੇ ਟੇਕਣ ਤੱਕ ਸੀਮਤ ਨਾ ਰਹੀ ਸਮਝ ਲਈਏ ਅਸੀਂ ਬਾਣੀ ਕੀ ਕਹਿ ਰਹੀਏ ਸਨ ਸਮਝਣ ਦੀ ਕੋਸ਼ਿਸ਼ ਕਰੀਏ ਪੜ ਲਈ ਅਸੀਂ ਪਾਠ ਬੜੇ ਕਰਦੇ ਆਂ ਚੰਗੀ ਗੱਲ ਹੈ ਪਰ ਉਥੇ ਥੋੜਾ ਥੋੜਾ ਵਿਚਾਰਨਾ ਵੀ ਸ਼ੁਰੂ ਕਰੋ ਇੱਕ ਪੰਕਤੀ ਰੋਜ਼ ਜਪਜੀ ਸਾਹਿਬ ਦੇ ਅਰਥ ਪੜੋ ਕਿਸੇ ਨਾਲ ਸਿੰਘ ੜਾਲ ਨਹੀਂ ਨਹੀਂ ਇਹ ਵੀ ਬੇਨਤੀ ਨਾਲ ਆਪਣੀ ਜ਼ਿੰਦਗੀ ਸਵਾਰਨ ਲਈ ਆਪਣਾ ਆਪਾ ਸਵਾਰਨ ਲਈ ਜਿੱਥੇ ਆਪਣਾ ਆਪਾ ਤੁਸੀਂ ਸਵਾਰੋਗੇ ਨਾ ਬਜ਼ੁਰਗ ਉੱਥੇ ਤੁਸੀਂ ਆਪਣੇ ਪੋਤਰਿਆਂ ਨੂੰ ਆਪਣੇ ਪੁੱਤਰਾਂ ਨੂੰ ਸਵਾਰ ਸਕੋ ਤੁਸੀਂ ਆਪ ਪ੍ਰਚਾਰ ਕਰੋ ਜੀ ਇਹ ਥੋੜਾ ਵੀ ਜਿਹੜਾ ਪ੍ਰਚਾਰ ਕਰਦਾ ਸਟੇਟ ਤੇ ਬੈਠਾ ਹੋ ਕੀ ਪ੍ਰਚਾਰ ਕੀ ਤੁਹਾਡੀ ਵੀ ਡਿਊਟੀ ਹੈ ਇਹ ਤੁਹਾਡੇ ਵੀ ਫਰਜ਼ ਹੈ ਸੋ ਸਤਿਗੁਰੂ ਜੀ ਕਹਿੰਦੇ ਲਾਹਾ ਨਾਮ ਸੋਸਾਰ ਸ਼ਬਦ ਸਮਾਨਿਆ ਇਹਦੇ ਵਿੱਚ ਵੀ ਬੜੀ ਵੱਡੀ ਗੱਲ ਹੈ ਅਸੀਂ ਪਦਾਰਥਵਾਦ ਦਾ ਲਾਹਾ ਖਟਿਆ ਧਨ ਦੌਲਤ ਕਮਾਈ ਪੁੱਤਰਾਂ ਦਾ ਲਾਹਾ ਲਿਆ ਜ਼ਮੀਨਾਂ ਜਦਾਤਾਂ ਦਾ ਲਾਹਾ ਲਿਆ ਪਰ ਅਸਲ ਜੋ ਲਾਹਾ ਅਸੀਂ ਲੈਣਾ ਸੀ ਨਾ ਉਹ ਨਹੀਂ ਲਿਆ ਉਹ ਕਿੰਨਾ ਨੇ ਲਿਆ ਉਹ ਵੀ ਰੱਬੀ ਬਾਣੀ ਦੱਸਦੀ ਹੈ ਗੁਰਮਖ ਲਾਹਾ ਲੈ ਮਨਮੁਖ ਚੱਲੇ ਮੂਲ ਗਵਾਇਜੀ ਜਿਹੜੇ ਗੁਰਮਖ ਜਨਤ ਸਨ ਉਹ ਲਾਹਾ ਪ੍ਰਾਪਤ ਕਰਕੇ ਗਏ ਪਰ ਜਿਹੜੇ ਮਨਮੁਖ ਸਨ ਨਾ ਉਹ ਮਨਮੁਖ ਬੰਦੇ ਸੰਸਾਰ ਦੀ ਧਰਤੀ ਤੋਂ ਇਦਾਂ ਕੀ ਚਲੇ ਗਏ ਆਪਣਾ ਜੀਵਨ ਗਵਾ ਕੇ ਵਿਅਰਥ ਚਲੇ ਗਏ ਅਸੀਂ ਤੇ ਰੋਜ਼ ਪੜਦੇ ਆ ਪਰ ਅਮਲ ਨਹੀਂ ਕਰਦੇ ਅਸੀਂ ਰੋਜ਼ ਪੜਦੇ ਆ ਜਿਹੜੇ ਸੁਗਾਸਨ ਦੇ ਟਾਈਮ ਆਉਂਦੇ ਆ ਨਾ ਜੀ ਕਹਿੰਦੇ ਅਸੀਂ ਢੋਲਕੀ ਵਜਾਵਾਂਗੇ ਸ਼ੈਣਿਆਂ ਦੇ ਨਾਲ ਕੀਰਤਨ ਕਰਾਂਗੇ ਉਹ ਜ਼ਰੂਰ ਇਹ ਪੰਕਤੀਆਂ ਪੜ੍ਹਦੇ ਹੋਣਗੇ ਜਦੋਂ ਭਾਈ ਸਾਹਿਬ ਸੁਕਾਸ਼ਨ ਕਰਦੇ ਹੁੰਦੇ ਹਨ ਨਾ ਉਦੋਂ ਰੋਜ਼ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਕੀ ਇਹੀ ਹਾਂ ਕਾਟ ਚਲੋ ਘਰ ਲਾ ਆਗੇ ਬਸਨ ਸੁਹੇਲਾ ਪਰ ਅਮਲ ਨਹੀਂ ਕੀਤਾ ਪੜਿਆ ਰੋਜ਼ ਹੈ ਵੀ ਇੱਥੇ ਤੂੰ ਲਾਹਾ ਪ੍ਰਾਪਤ ਕਰੇਗਾ ਇਹੀ ਹਾਂ ਕਾਟ ਚਲੋ ਘਰ ਲਾ ਆਗੇ ਬਸਨ ਸੁਹੇਲਾ ਤੇਰਾ ਅੱਗਾ ਸਬਰ ਜਾਏਗਾ ਇਕ ਕੱਲਾ ਸੁਣ ਲਿਆ ਭਾਈ ਸਾਹਿਬ ਤੋਂ ਪੜਿਆ ਵੀ ਮਰਗਤ ਤੇ ਵੀ ਸੂਲਾ ਸੇ ਪੜਿਆ ਜਾਂਦਾ ਜਦੋਂ ਸ਼ਵਚਾਨ ਘਾਟ ਲੈ ਕੇ ਜਾਂਦੇ ਆ ਪਰ ਕੀ ਅਮਲ ਕੀਤਾ ਲਾਹਾ ਘਟਣਾ ਸ਼ੁਰੂ ਕੀਤਾ ਕਿ ਅੱਜ ਮੈਂ ਜਪਜੀ ਸਾਹਿਬ ਪੜਿਆ ਤੇ ਕੱਲ ਨੂੰ ਵਿਚਾਰਨਾ ਸ਼ੁਰੂ ਕਰਾਂ ਜੇ ਮੈਂ ਕੱਲਾ ਮੱਥਾ ਟੇਕਣ ਜਾਣਾ ਤੇ ਮੈਂ ਪੜਨਾ ਸ਼ੁਰੂ ਕਰਾਂ ਜੇ ਮੈਂ ਕੱਲਾ ਪੜਦਾ ਤੇ ਹੁਣ ਨਾਲ-ਨਾਲ ਸਿਮਰਨ ਕਰਾਂ ਬੰਦਗੀ ਕਰਾਂ ਹੈ ਕੋ ਜੇ ਤਾਂ ਬਹੁਤ ਘਟ ਹੈ ਮੰਨਣ ਚ ਘਟ ਹੈ ਉਹੀ ਗੱਲ ਨਾ ਵਿਚਾਰ ਕਰ ਰਹੇ ਸਾਂ ਤੇ ਕੋਈ ਸਿੱਖ ਕਹਿੰਦਾ ਵੀ ਇਦਾਂ ਗੱਲ ਕੋਰ ਕਹ ਸਟੇਟ ਤੇ ਪਰ ਪਿਛਲਾ ਜੀਵਨ ਕੁਝ ਹੋਰ ਹੈ ਇਸ ਲਈ ਸਭ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਜਿਨ੍ਹਾਂ ਨੇ ਲਾਹਾ ਪ੍ਰਾਪਤ ਕੀਤਾ ਨਾ ਦੀ ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ ਜਿਨ੍ਹਾਂ ਨੇ ਲਾਹਾ ਪ੍ਰਾਪਤ ਕੀਤਾ ਸ਼ਬਦ ਵਿੱਚ ਹੀ ਸਮਾ ਗਏ ਭਾਈ ਲੈਹਣੇ ਜੀ ਦਾ ਗੁਰੂਕਰ ਆਉਣ ਦਾ ਸਭ ਤੋਂ ਪਹਿਲਾ ਸਬੰਧ ਕੀ ਸ਼ਬਦ ਹੈ ਯਾਦ ਰੱਖਿਓ ਭਾਈ ਲੈਣਾ ਜੀ ਦਾ ਗੁਰੂਕਰ ਆਉਣ ਦਾ ਪਹਿਲਾ ਜਿਹੜਾ ਸਬੰਧ ਜੁੜਦਾ ਹੈ ਉਹ ਭਾਈ ਜੋਧ ਨਾਲ ਨਹੀਂ ਜੁੜਦਾ ਆਪਾਂ ਭਾਈ ਜੋਧ ਨਾਲ ਜੋੜਦੇ ਆ ਪਰ ਉਹ ਸ਼ਬਦ ਨਾਲ ਜੁੜਦਾ ਜੀ ਸਬੰਧ ਕਿਉਂਕਿ ਜੇ ਭਾਈ ਜੋਧਨਾ ਸਬੰਧ ਜੁੜਦਾ ਤੇ ਭਾਈ ਲੈਣਾ ਜੀ ਕਹਿੰਦੇ ਵਾਹ ਬਈ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ ਉਹਦੇ ਪੈਰ ਘੁੱਟਦੇ ਬੜਾ ਕੁਝ ਉਹਨੂੰ ਕਹਿੰਦੇ ਤੂੰ ਗੁਰੂ ਪਰ ਉਹਨਾਂ ਇੱਕ ਸਵਾਲ ਕੀਤਾ ਜੋ ਅਸੀਂ ਨਹੀਂ ਕਰਦੇ ਇੱਥੇ ਸਾਨੂੰ ਕੱਚੀਆਂ ਧਾਰਨਾ ਸੁਣਾ ਕੇ ਚਲਾ ਜਾਵੇ ਕੋਈ ਗੀਤ गा ਕੇ ਚਲਾ ਜਾਵੇ ਅਸੀਂ ਨਹੀਂ ਸਵਾਲ ਕਰਦੇ ਸੰਗਤ ਚ ਉੱਠ ਕੇ ਕਿੱਥੋਂ ਸੁਣਾਇਆ ਪਰ ਭਾਈ ਲੈਣੇ ਨੇ ਸਵਾਲ ਕੀਤਾ ਕੀ ਸਵਾਲ ਕੀਤਾ ਭਾਈ ਜੋਧ ਜਿਹਦੀ ਬਾਣੀ गा ਰਿਹਾ ਹੈ ਕਿਦੀ ਬਾਣੀ ਹੈ ਕੀਤਾ ਨਾ ਜੀ ਸਵਾਲ ਤੇ ਭਾਈ ਜੋਧ ਨੇ ਕਿਹਾ ਇਹ ਬਾਣੀ ਹੈ ਧੰਨ ಶ್ರೀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤੇ ਸਿੱਧਾ ਸਭ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਸ਼ਬਦ ਨਾਲ ਮਲਾਪ ਗੁਰੂ ਨਾਨਕ ਸਾਹਿਬ ਨਾਲ ਹੋਇਆ ਤਾਂ ਤੇ ਗੁਰੂ ਨਾਨਕ ਸਾਹਿਬ ਨੇ ਆਪ ਖੁਦ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਜਿੱਲਾ ਮੇਰੇ ਸਤਿਗੁਰਾਂ ਨੇ ਇੱਥੇ ਪੁਕਾਰ ਕੇ ਗੱਲ ਕਹਿ ਦਿੱਤੀ ਸ਼ਬਦ ਗੁਰੂ ਹੈ ਤੇ ਸ਼ਬਦ ਤੋਂ ਹੀ ਸਬੰਧ ਜੁੜਿਆ ਫਿਰ ਇੱਥੇ ਜਦੋਂ ਦੂਸਰਾ ਸਬੰਧ ਦੂਸਰੇ ਗੁਰੂ ਸਬਾ ਗੁਰੂ ਸੇ ਬਨਾਂ ਦੀ ਲੜੀ ਚੋਂ ਤੀਸਰੇ ਗੁਰੂ ਪਰ ਸ਼ਬਦ ਸੁਣਨ ਵਾਲੇ ਦੂਸਰੇ ਗੁਰੂ ਕੌਣ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਜੇ ਸਬੰਧ ਜੁੜਿਆ ਗੁਰੂ ਨਾਨਕ ਦੇ ਘਰ ਨਾਲ ਇਸ ਸ਼ਬਦ ਨਾਲ ਜੁੜਿਆ ਵੈਸੇ ਤੇ ਕੁੜਮਾਚਾਰੀ ਚ ਪਹਿਲਾਂ ਵੀ ਜਾਂਦੇ ਆਉਣਗੇ ਕੁੜਮਾਚਾਰੀ ਚ ਜਾਂਦੇ ਨਾ ਕਿਉਂਕਿ ਕੁੜਮ ਲੱਗਦੇ ਆ ਨਾ ਤੇ ਕਈ ਵਾਰੀ ਗਏ ਖੋਣ ਕੇ ਕਈ ਵਾਰੀ ਮਲਾਪ ਹੋਇਆ ਹੈ ਪਰ ਜਿਸ ਦਿਨ ਅਮਰਤਮਈ ਬਚਨ ਬੀਬੀ ਅਮਰੋ ਤੋਂ ਸੁਣੇ ਸ਼ਬਦ ਦੇ ਨਾਲ ਸਬੰਧ ਐ ਸਾ ਜੁੜ ਗਿਆ ਅੰਦਰ ਵੇਖੋ ਕਦੀ ਹੋਇਆ ਜੀ ਆਪਣੇ ਨਾਲ ਹੋਇਆ ਅਸੀਂ ਜਪਜੀ ਸਾਹਿਬ ਪੜਦੇ ਆਂ ਅਸੀਂ ਬਾਣੀ ਪੜਦਾਂ ਅਸੀਂ ਕਹਿੰਦਾ ਮੈਂ ਚੌਪਈ ਸਾਹਿਬ ਦੇ ਇਨੇ ਪਾਠ ਕਰਦਾ ਜਾਂ ਕਰਦੀ ਆ ਮੈਂ ਸੁਖਨੀ ਸਾਹਿਬ ਦੇ ਇਨੇ ਪਾਠ ਕਰਦਾ ਜਾਂ ਕਰਦੀ ਆ ਪਰ ਕਦੀ ਕੋਈ ਅੰਦਰੋਂ ਹਲੂ ਨਾ ਜਾ ਮਿਲੇ ਸਵਾਦ ਆਇਆ ਅੰਦਰੋਂ ਕੋਈ ਰਸ ਆਇਆ ਅੰਦਰੋਂ ਆਨੰਦ ਜਿਹਾ ਆਇਆ ਅੰਦਰੋਂ ਵੀ ਪੜਦਿਆਂ ਨਹੀਂ ਸਾਡੀ ਤੇ ਇਹ ਸਪੀਡ ਹੁੰਦੀ ਹੈ ਵੀ 45 ਮਿੰਟ ਚ ਮੈਂ ਸੁਖਨੀ ਸਾਹਿਬ ਕਰਦਾ ਅੱਧੇ ਘੰਟੇ ਚ ਮੈਂ ਸੁਖਨੀ ਸਾਹਿਬ ਕਰਦਾ ਆਨੰਦ ਲੈਣ ਵਾਲੀ ਵਿਵਸਥਾ ਲੱਗ ਹੈ ਆਨੰਦ ਲੈਣ ਵਾਲਾ ਸਿਸਟਮ ਲੱਗ ਹੈ ਬਾਣੀ ਸੁਣੀ ਤੇ ਅੰਦਰ ਇੱਕ ਚਰਨਾਟ ਛਿੜੀ ਜਿਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵੀ ਸਵਾਲ ਕੀਤਾ ਇੱਥੇ ਵੀ ਸਵਾਲ ਹੈ ਨਹੀਂ ਤਾਂ ਬੀਬੀ ਅਮਰੋ ਦੇ ਚਰਨਾ ਤੇ ਮੱਥਾ ਟੇਕ ਦਿੰਦੇ ਪਰ ਸਵਾਲ ਕੀਤਾ ਕੀ ਇਹ ਬਾਣੀ ਕਿਦੀ ਹੈ ਤੇ ਉਹਨਾਂ ਕਿਹਾ ਇਹ ਬਾਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਿਰ ਮੈਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਮਲਾ ਦੇ ਤੇ ਬੀਬੀ ਅਮਰੋਦ ਜੀ ਨੇ ਹੱਥ ਜੋੜ ਕੇ ਕਿਹਾ ਸੀ ਕਿਉਂਕਿ ਪਿਤਾ ਸਮਾਨ ਸਨ ਪਿਤਾ ਜੀ ਉਹ ਸਰੀਰ ਕਰਕੇ ਨਹੀਂ ਹੈ ਪਰ ਉਹਨਾਂ ਦੀ ਜੋਤ ਅੱਜ ਵੀ ਮੌਜੂਦ ਹੈ ਜੋਤ ਦਾ ਮਤਲਬ ਅਸੀਂ ਕਿਸੇ ਲਾਈਟ ਤੋਂ ਨਾ ਲਈਏ ਕਿਸੇ ਪ੍ਰਕਾਸ਼ ਤੋਂ ਨਾ ਲਈਏ ਜੋਤ ਦਾ ਮਤਲਬ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨ ਉਹੀ ਸਿਧਾਂਤ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਅੰਦਰ ਪ੍ਰਵੇਸ਼ ਕਰ ਗਏ ਸਨ ਜਿਹਦੇ ਕਰਕੇ ਕਿਹਾ ਜਾਂਦਾ ਜੋਤ ਉਹ ਆ जुक्त साए शकाया शाय फिर पलटिया है सिद्धांत सन सिद्धांतਾਂ ਨੇ ਕੰਮ ਕੀਤਾ ਕੋਈ ਲਾਈਟ ਕੋਈ ਪ੍ਰਕਾਸ਼ ਨਹੀਂ ਨਿਕਲੀ ਕਿ ਉਹ ਜਾ ਕੇ ਵਿੱਚ ਸਮਾ ਗਏ ਨਹੀਂ ਨਹੀਂ ਸਮਝੇ ਇਸ ਗੱਲਾਂ ਨੂੰ ਸੁਖਰ ਬਾਤ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਲਾਹਾ ਪ੍ਰਾਪਤ ਕੀਤਾ ਉਹ ਵਿੱਚ ਹੀ ਸਮਾ ਗਏ ਜੀ ਜਿਹਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇੱਕ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਇਦਾਂ ਮਿਲਾਪ ਹੋ ਗਿਆ ਪਵਨਾ ਮੈਂ ਪਵਨ ਸਮਾਇਆ ਜਿੱਦੇ ਸਤਗੁਰੂ ਜੀ ਕਹਿੰਦੇ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਇਦਾਂ ਦੀ ਮਿਲ ਬਰਤਨ ਹੋ ਜਾਣਾ ਇਦਾਂ ਤਾਂ ਮਲਾਪ ਹੋ ਜਾਣਾ ਇਦਾਂ ਰਲ ਮਿਲ ਜਾਣਾ ਇਦਾਂ ਰਚ ਵਿੱਚ ਜਾਣਾ ਇਦਾਂ ਰੱਤੇ ਜਾਣਾ ਇਦਾਂ ਰੰਗੇ ਜਾਣਾ ਇਦਾਂ ਗੱਲ ਬਣ ਜਾਣਾ ਸੋ ਸਹਿਬ ਸੱਚੇ ਪਾਤਸ਼ਾਹ ਜੀ ਰਹਾਉ ਦੇ ਬੰਦ ਵਿੱਚ ਇਹ ਬਖਸ਼ਿਸ਼ ਕਰਦੇ ਆ ਆਰੰਭਤਾ ਕਰਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਗੁਰੂ ਦੀ ਕਿਰਪਾ ਦੇ ਦੁਆਰਾ ਐਸੇ ਸਤਿਗੁਰ ਨੂੰ ਮਿਲਿਆ ਜਾ ਸਕਦਾ ਮਲਾਪ ਹੋ ਸਕਦਾ ਰਾਗ ਅਸਾ ਹੈ ਜੀ ਘਰ ਅਠਮਾ ਅਠਮੇ ਘਰ ਵਿੱਚ ਗਾਉਣ ਦੀ ਤਕੀਦ ਕੀਤੀ ਗਈ ਆ ਮੈਂ ਬੜਾ ਜ਼ਿਕਰ ਕਰਦਾ ਹੁੰਨਾ ਵੀ ਜਿਹੜੇ ਘਰਾ ਵਿੱਚ ਗਾਉਣ ਦੀ ਕਿਤੇ ਤਕੀਦ ਗੁਰੂ ਸਾਹਿਬ ਨੇ ਕੀਤੀ ਹੈ ਨਾ ਉਸ ਘਰਾ ਵਿੱਚ ਗਾਵਿਆ ਨਹੀਂ ਜਾਂਦਾ ਜਿਹੜੇ ਬਹੁਤ ਪੱਕੇ ਰਾਗ ਗਾਉਂਦੇ ਆ ਜ ਜਿਨ੍ਹਾਂ ਨੂੰ ਰਾਗ ਦੀ ਸਮਝ ਆ ਜਿਨ੍ਹਾਂ ਨੂੰ ਰਾਗ ਦੀ ਸਮਝ ਆ ਨਾ ਜੀ ਉਹ ਉਸੇ ਘਰ ਚ ਵੇਖੋ ਲਿਖਿਆ ਗਿਆ ਬਕਾਇਦਾ ਮੈਂਸ਼ਨ ਕੀਤੀ ਹੈ ਗੱਲ ਕੀ ਸਤਿਗੁਰੂ ਜੀ ਕਹਿੰਦੇ ਘਰ ਅਠਵਾ ਅਠਵੇਂ ਘਰ ਚ ਗਾਉਣ ਦੀ ਤਕੀਦ ਹੈ ਪਰ ਕੀ ਅਠਵੇਂ ਘਰ ਚ ਗਾਵਿਆ ਜਾਂਦਾ ਅਠਵੇਂ ਘਰ ਵਿੱਚ ਗਾਵਿਆ ਜਾਂਦਾ ਜੇ ਕਿਸੇ ਨੂੰ ਹੁਣ ਜਿਹਨੂੰ ਨੌਲੇਜ ਹੈ ਉਹਨੂੰ ਪਤਾ ਵੀ ਅਠਮਾ ਪਹਿਲਾ ਦੂਜਾ 17 ਘਰਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਚ 17 ਘਰਾਂ ਦਾ ਇਹ ਜਿਹੜੇ ਘਰ ਸ਼ਬਦ ਆਉਂਦਾ ਅਸ ਰਾਗ ਆਸਾ ਘਰ ਅਠਮਾ ਕਾਫੀ ਕਿਸਮ ਹੈ ਰਾਗ ਦੀ ਮਹੱਲਾ ਚੌਥਾ ਤੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਸਤਿਗੁਰੂ ਜੀ ਆਰੰਭਤਾ ਕਰਦੇ ਕਹਿੰਦੇ ਆਇਆ ਮਰਨ ਤੁਰਾ ਹੂੰ ਹੋ ਮੈ ਰੋਈਐ ਕਹਿੰਦੇ ਤੁਰ ਦਰਗਾ ਤੂੰ ਆਇਆ ਮਰਨ ਤੁਰਾ ਹੂੰ ਇਹ ਬਨੋਖ ਤੁਰ ਦਰਗਾ ਤੋਹੀ ਕਰਤਾਰ ਨੇ ਤੇਰਾ ਮਰਨ ਲਿਖ ਕੇ ਭੇਜਿਆ ਮਰਨ ਲਖਾਇ ਮੰਡਲ ਮੈਂ ਤੁਰ ਦਰਗਾਹ ਤੋਂ ਮਰਨ ਨੀਅਤ ਹੋਇਆ ਕਿਵੇਂ ਕਹਿ ਦਿੰਨੇ ਆਂ ਸੀ ਇਹ ਗੱਲ ਵੀ ਰੱਬਾ ਹਜੇ ਨਾਲ ਲ ਜਾਂਦਾ ਕਜੇ ਤੇ ਇਹਦੇ ਬੱਚੇ ਛੋਟੇ ਸਨ ਰੱਬਾ ਹਜੇ ਨਾਲ ਜਾਂਦਾ ਹਜੇ ਤੇ ਵਿਆਹ ਨਹੀਂ ਸੀ ਫਿਰ ਸੇਰੇ ਲਾਉਨੇ ਆ ਉਹਦੇ ਤੇ ਲਾਣੇ ਆ ਕਿ ਨਹੀਂ ਜਿਹੜਾ ਜਵਾਨ ਚੜ੍ਹਾਈ ਕਰ ਜੇ ਸੇਰੇ ਲਾਣ ਦਾ ਕੋਈ ਮਤਲਬ ਹੈ ਦੱਸੋ ਇੱਕ ਗੱਲ ਪਰ ਲਾਉਨੇ ਆ ਸੇਰੇ ਲਾਉਨੇ ਆ ਉਹਨੂੰ ਪੈਂਟ ਕੋਟ ਪਾਉਨੇ ਆ ਤਿਆਰ ਕਰਦੇ ਆ ਜਿਵੇਂ ਲਾੜਾ ਹੁੰਦਾ ਹੈ ਫਿਰ ਇਹ ਗੱਲਾਂ ਭੁੱਲ ਜਾਨੇ ਨਾ ਜੋ ਗੁਰਬਾਣੀ ਚ ਲਿਖੀਆਂ ਕਵਨ ਅਰਥ ਮਰਤਕ ਸ਼ਿੰਗਾਰ ਮੈਂ ਤੇ ਨਹੀਂ ਕਹਿ ਰਿਆ ਰੱਬੀ ਬਾਣੀ ਕਹਿ ਰਹੀ ਕਿ ਤੇ ਮੈਨੂੰ ਕਹੋ ਦਸੋ ਰੱਬੀ ਬਾਣੀ ਕਹਿ ਰੀ ਕਵਨ ਅਰਥ ਮਰਤਕ ਸ਼ਿੰਗਾਰ ਮਰਤਕ ਨੂੰ ਸ਼ਿੰਗਾਰ ਕਰਕੇ ਕੋਈ ਫਾਇਦਾ ਨਹੀਂ ਜੇ ਸਿਰੇ ਲਾਉਣ ਦਾ ਡਰੈਸ ਅਪ ਕਰਨ ਦਾ ਕੋਈ ਫਾਇਦਾ ਨਹੀਂ ਉਹਦੇ ਚੱਲ ਗਿਆ ਉਡਾਰੀ ਮਾਰ ਗਿਆ ਪੌਰ ਜਨੇ ਮਾਰ ਪਿੱਛੇ ਤੇ ਇੱਕ ਸਰੀਰ ਬਚਿਆ ਜਿਹਨੂੰ ਮਿੱਟੀ ਦਾ ਪਤਲਾ ਕਿ ਸਤਿਗੁਰੂ ਅਸੀਂ ਕਿੰਨੇ ਆ ਜੀ ਸਾਨੂੰ ਮੌਤ ਬਾਰੇ ਨਹੀਂ ਦੱਸਿਆ ਜਿਹੜਾ ਵੀ ਬੰਦਾ ਅਗਲਾ ਕਹਿੰਦਾ ਜੇ ਮੈਨੂੰ ਰੱਬ ਪਹਿਲਾਂ ਦੱਸ ਦਿੰਦਾ ਮੈਂ ਬਚਾ ਲੈਂਦਾ ਤੂੰ ਕਿਦਾਂ ਬਚਾ ਲੈਂਦਾ ਵੇ ਸਾਨੂੰ ਮੌਤ ਬਾਰੇ ਕਿੱਥੇ ਕਿੱਥੇ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ ਕਦੀ ਪੜ੍ਹੇਗਾ ਤੇ ਪਤਾ ਲੱਗੇ ਨਾ ਵੇ ਦੱਸਿਆ ਸਤਿਗੁਰਾਂ ਨੇ ਪਰ ਜਦੋਂ ਗੋਵ ਨਾਲ ਪੜ੍ਹਿਆ ਹੀ ਨਹੀਂ ਧਿਆਨ ਨਾਲ ਪੜ੍ਹਿਆ ਹੀ ਨਹੀਂ ਫਿਰ ਅਸੀਂ ਕਿੰਨੇ ਸਾਨੂੰ ਦੱਸਿਆ ਨਹੀਂ ਦੱਸਿਆ ਸਾਬ ਕਹਿੰਦੇ ਦਿਨ ਤੇ ਪਹਿਰ ਬੜੀ ਵੱਡੀ ਗੱਲ ਹੈ ਭਗਤ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਦਿਨ ਤੇ ਪੈਰ ਪੈਰ ਤੇ ਘਰੀਆਂ ਆਪ ਘਟਾ ਤਨ ਸੀਜੈ ਤੈਨੂੰ ਦੱਸਿਆ ਜਦੋਂ ਦਿਨ ਹਰ ਰੋਜ਼ ਚੜਦਾ ਤੇਰੇ ਲਈ ਤੇਰਾ ਇੱਕ ਦਿਨ ਘਟ ਜਾਂਦਾ ਹੈ ਦੱਸਿਆ ਕਿ ਨਹੀਂ ਦੱਸਿਆ ਜਦੋਂ ਪੈਰ ਵਿੱਚ ਵਿਚਰਦਾ ਸਮਝ ਲੈ ਤੇਰਾ ਉਹ ਪੈਰ ਘਟ ਗਿਆ ਦਿਨ ਤੇ ਪੈਰ ਪੈਰ ਤੇ ਘਰੀਆਂ ਜਦੋਂ ਘੜੀ ਵਿੰਨਾ ਨਾ ਗੁੱਟਾਂ ਦੇ ਬੰਨੀਆਂ ਸੀ ਸਾਰਿਆਂ ਨੇ ਤੇ ਵਾਰ-ਵਾਰ ਵਿੰਨਾ ਟਾਈਮ ਕਿੰਨਾ ਹੋਇਆ ਟਾਈਮ ਕਿੰਨਾ ਹੋਇਆ ਜਿਹੜੇ ਟਾਈਮ ਨੂੰ ਤੁਸੀਂ ਵੇਖਦੇ ਹੋ ਕਦੀ ਇਹਨੂੰ ਕੈਲਕੂਲੇਟ ਕਰਕੇ ਵੇਖਿਓ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਅਸੀਂ ਕਿੰਨਾ ਟਾਈਮ ਬਿਤਾ ਦਿੱਤਾ ਹੈ ਔਰ ਫਿਰ ਫਿਰ ਦੁਬਾਰਾ ਤੂੰ ਕੈਲਕੂਲੇਟ ਕਰਿਓ ਵੀ ਕਿੰਨਾ ਟਾਈਮ ਅਸੀਂ ਵਿਰਥ ਗੱਲਾਂ 'ਚ ਗਵਾਇਆ ਹੈ ਔਰ ਫਿਰ ਕਰਿਓ ਕੈਲਕੂਲੇਟ ਵੀ ਕਿੰਨਾ ਟਾਈਮ ਅਸੀਂ ਗੁਰਬਾਣੀ ਪੜਨ ਤੇ ਲਾਇਆ ਹੈ ਤੇ ਫਿਰ ਨਿਚੋੜ ਕੱਢਿਓ ਇਸ ਗੱਲ ਦਾ ਤੇ ਸਾਡੇ ਕੋਲ ਕੱਖ ਵੀ ਨਹੀਂ ਹੋਣਾ ਨਾ ਮਾਤਰ ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਦਿੱਤੀ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੋਂ ਚੋਟੀ ਤੱਕ ਭਰਪੂਰ ਜ਼ਿੰਦਗੀ ਜਿਹਨੂੰ ਅਸੀਂ ਕਹਿੰਦੇ ਆ ਵੀ ਭਰਪੂਰ ਜ਼ਿੰਦਗੀ ਹੈ ਬੜਾ ਆਨੰਦ ਹੈ ਬੜਾ ਕੁਝ ਮਿਲ ਗਿਆ ਬੜਾ ਕੁਝ ਹੈ ਕੋਠੀਆਂ ਨੇ ਕਾਰਾਂ ਨੇ ਗੱਡੀਆਂ ਸਭ ਕੁਝ ਪਰ ਨਹੀਂ ਮਿਲਿਆ ਤੇ ਸਾਨੂੰ ਗੁਰੂ ਦਾ ਸ਼ਬਦ ਇਹਦਾ ਰਸ ਨਹੀਂ ਮਿਲਿਆ ਇਹਦੇ ਰਸ ਵਿੱਚ ਨਹੀਂ ਭਿੱਜੇ ਅਸੀਂ ਨਾ ਮਾਤਰ ਹੈ ਗੁਰੂ ਘਰ ਸਾਡਾ ਕਿਤੇ ਘੰਟਾ ਬਹਿਣ ਲੱਗ ਜੀ ਮਾਫ਼ ਕਰਨਾ ਮੈਂ ਸੱਚ ਕਹਿ ਰਿਹਾ ਸਾਡੇ ਗੁੱਡੇ ਦੋਣ ਲੱਗ ਜਾਂਦੇ ਆ ਤੇ ਜਿੱਥੇ ਕੋਈ ਝੂਠ ਬੋਲਦਾ ਵੀ ਨਿੰਦਿਆ ਹੁੰਦੀ ਹੋਵੇ ਨਾ ਉੱਥੇ 4-4 ਘੰਟੇ ਗੁਜ਼ਰ ਜਾਣ ਪਤਾ ਹੀ ਨਹੀਂ ਲੱਗਦਾ ਲੱਗਦਾ ਪਤਾ ਨਹੀਂ ਲੱਗਦਾ ਇਸ ਲਈ ਗੁਰੂ ਘਰ ਬਹਿਣ ਲੱਗਿਆਂ ਵੀ ਸਾਨੂੰ ਅਚਬੀ ਲੱਗੀ ਰਹਿੰਦੀ ਚੱਲੀਏ ਇਸ ਕਰਕੇ ਨਾ ਆਇਆ ਕਰੋ ਚੱਲੀਏ ਇਸ ਕਰਕੇ ਆਇਆ ਕਰੋ ਸਤਿਗੁਰੂ ਕਿਰਪਾ ਕਰੇ ਜਿੰਨਾ ਚਿਰ ਤੇਰੀ ਗੋਦ ਵਿੱਚ ਬੈਠੀ ਹੈ ਨਾ ਬਸ ਆਨੰਦ ਵਰਤਾਈ ਆਨੰਦ ਹੀ ਮਿਲੇ ਜੇ ਜੇ ਕੋਈ ਬਾਣੀ ਪੜਦਾ ਹੈ ਜੇ ਕੋਈ ਬਾਣੀ ਪੜਦਾ ਜੀ ਇਹ ਨਾਲ ਸੋਚੂ ਕੌਣ ਪੜਦਾ ਸਾਡੀ ਮੋਸਟਲੀ ਸਾਡੇ ਲੋਕਾਂ ਦੀ ਇਹ ਅੱਜ ਥਿੰਕਿੰਗ ਬਣ ਗਈ ਹੈ ਸੋਚ ਬਣ ਗਈ ਵੀ ਜੇ ਕੋਈ ਦਰਬਾਰ ਸਾਹਿਬ ਤੋਂ ਰਾਗੀ ਆਏਗਾ ਉਹਨੂੰ ਸੁਣਾਇਆ ਜੇ ਕੋਈ ਹੋਰ ਬਾਹਰੋਂ ਆਵੇ ਉਹਨੂੰ ਸੁਣਾ ਨਹੀਂ ਭਾਵੇਂ ਸਾਡੇ ਗੁਰੂ ਘਰ ਦਾ ਗ੍ਰੰਥੀ ਪ੍ਰਚਾਰਕ ਕੀਰਤਨੀਆਂ ਕੀਰਤਨ ਕਰਦਾ ਹੋਵੇ ਪਰ ਅਸੀਂ ਰਸ ਲੈਣ ਲਈ ਜਾਈਏ ਤੇ ਅਰਦਾਸ ਸਾਡੀ ਇਹ ਹੋਵੇ ਇੱਥੇ ਆਉਂਦੇ ਆ ਕਿ ਸਤਿਗੁਰੂ ਜਿੰਨਾ ਚਿਰ ਬੈਠੀਏ ਨਾ ਬਸ ਆਨੰਦ ਵਰਤਾਇਓ ਤੇ ਸਾਡੇ ਹਿਰਦੇ 'ਚ ਆਨੰਦ ਵਸੇ ਸਾਡੇ ਅੰਦਰ ਆਨੰਦ ਵਸੇ ਇਹ ਬੇਨਤੀ ਕਰਿਆ ਕਰੋ ਮੇਰੇ ਸਤਿਗੁਰੂ ਨੂੰ ਮੇਰੇ ਮਾਲਕ ਨੂੰ ਸਹਬ ਨੂੰ ਇਸ ਲਈ ਆਇਆ ਮਰਨ ਤੁਰਾ ਹੋ ਮੈ ਰੁਈਐ ਸਤਿਗੁਰੂ ਜੀ ਕਹਿੰਦੇ ਤੁਰ ਦਰਗਾਹ ਤੂੰ ਹੀ ਕਰਤਾਰ ਨੇ ਮਰਨ ਲਿਖਿਆ ਹਉਮੈ ਦੇ ਅਧੀਨ ਹੋ ਕਰਕੇ ਹਉਮੈ ਦੇ ਅਨੁਸਾਰ ਬੰਦਾ ਰੋਂਦਾ ਹੈ ਹਉਮੈ ਕਰਕੇ ਰੋਂਨੇ ਆ ਜੀ ਕਿਉਂ ਲੈ ਗਿਆ ਕਿਉਂ ਲੈ ਗਿਆ ਵੱਡੇ ਵੱਡੇ ਸਵਾਲ ਕਰਦੇ ਆ ਗੁਰੂ ਨੂੰ ਇਹ ਹਉਮੈ ਆ ਸਾਡੀ ਇਹ ਹੰਗਤਾ ਗੁਰਮੁਖ ਨਾਮ ਧਿਆਏ ਅਸਤਿਰ ਹੋਈ ਐ ਜਿਹੜੇ ਗੁਰਮੁਖ ਜਨ ਗੁਰੂ ਦੇ ਰਾਹੀ ਗੁਰਮੁਖ ਦਾ ਇੱਥੇ ਮਤਲਬ ਹੈ ਗੁਰੂ ਦੇ ਰਾਹੀ ਗੁਰੂ ਦੇ ਰਾਹੀ ਨਾਮ ਧਿਆਉਣ ਵਾਲੇ ਅਸਥਿਰ ਹੋ ਜਾਂਦੇ ਅਸਥਿਰ ਦਾ ਮਤਲਬ ਡੋਲਦੇ ਨਹੀਂ ਆ ਡੋਲ ਹੋ ਜਾਂਦੇ ਆ ਇਹਦੀ ਉਦਾਹਰਨ ਚਾਂਦਨੀ ਚੌਂਕ ਦੇ ਅੰਦਰ ਖੜੇ ਹੋਏ ਤਿੰਨ ਸਿੱਖ ਨੇ ਜਿਹੜੇ ਕਹਿੰਦੇ ਆ ਵੀ ਸਾਡੇ ਗੁਰੂ ਦਾ ਮੁਖ ਸਾਡੇ ਵੱਲ ਹੋਵੇ ਉਹਨਾਂ ਪੁੱਛਿਆ ਅੰਤਿਮ ਇੱਛਾ ਅੰਤਿਮ ਇੱਛਾ ਉਹ ਕਹਿੰਦੇ ਮੇਰੇ ਗੁਰੂ ਦਾ ਮੁਖ ਸਾਡੇ ਵੱਲ ਹੋਵੇ ਭਵੇਂ ਕੁਝ ਵੀ ਕਰ ਲਿਓ ਜੇ ਆ ਸਰੀਰ ਡੋਲਣਗੇ ਨਹੀਂ ਮਤਲਬ ਕੀ ਆ ਜੀ ਅਸਤਰ ਹੋਈਆ ਦਾ ਮਤਲਬ ਵੀ ਡੋਲਣਾ ਨਹੀਂ ਤੇ ਜਦੋਂ ਗੁਰੂ ਦਾ ਮੁਖ ਸਾਵੇਂ ਸੀ ਨਾ ਤੇ ਭਾਈ ਮਤੀ ਦਾਸ ਬੜੇ ਪਿਆਰ ਵਿੱਚ ਰੰਗਿਆ ਕਦੀਬ ਲਿਖਦਾ ਕਹਿੰਦਾ ਮਤੀ ਦਾਸ ਮੱਤਾ ਹੋਇਆ ਮਾਕੀ ਦੇ ਪਿਆਰ ਵਿੱਚ ਕਹਿਣ ਲੱਗਾ ਸੁਣ ਮੇਰੀ ਜਾਨ ਤੋਂ ਪਿਆਰਿਆ ਆਰੇ ਨਾਲ ਸਵਾਲ ਕਰਦੇ ਨੇ ਆਲੇ ਨਾਲ ਗੱਲਾਂ ਕਰਦੇ ਭਾਈ ਮਤੀ ਦਾਸ ਕਹਿਣ ਲੱਗਾ ਸੁਣ ਮੇਰੀ ਜਾਨ ਤੋਂ ਪਿਆਰਿਆ ਔਰ ਇਹਨੂੰ ਵੀ ਪਿਆਰਾ ਕਿਹਾ ਜੀ ਜਿੰਨੇ ਉਹਨੂੰ ਚੀਰਨਾ ਹੈ ਜਿੰਨੇ ਭਾਈ ਮਤੀ ਦਾਸ ਜੀ ਦੇ ਦੋ ਫਾੜ ਕਰਨੇ ਆ ਨਾ ਉਹਨੂੰ ਵੀ ਪਿਆਰਾ ਕਿਹਾ ਇੰਨੇ ਪਿਆਰ ਚ ਭਿੱਜ ਕੇ ਮਤੀ ਦਾਸ ਮੱਤਾ ਹੋਇਆ ਮਾਹੀ ਦੇ ਪਿਆਰ ਵਿੱਚ ਕਹਿਣ ਲੱਗਾ ਸੁਣ ਮੇਰੀ ਜਾਨ ਤੋਂ ਪਿਆਰਿਆ ਲੱਕੜਾਂ ਤੇ ਚੱਲਦਾ ਚੱਲਦਾ ਰਹੇਗਾ ਸਦਾ ਪਰ ਸੀਸ ਉੱਤੇ ਚੱਲਣਾ ਨਹੀਂ ਵਾਰ-ਵਾਰ ਆ ਰਿਹਾ ਤੇ ਸੀਸ ਜਦੋਂ ਆਪਣੇ ਸੀਸ ਤੇ ਆਰਾ ਤਰਾਇਆ ਨਾ ਉਹ ਸੋਤੇ ਖੋਲੀ ਕੋਲੀ ਕੱਟਾਂਗੇ ਦਰਦ ਹੋਵੇਗਾ ਤੇ ਕਿਹਦਾ ਰੋਕ ਦਵਾਰਾ ਆਪਣਾ ਆਪਾ ਹੀ ਕਟਵਾ ਲਿਆ ਸਾਰਾ ਨਹੀਂ ਕਿਹਾ ਜਰਵਾਨਿਆਂ ਨੂੰ ਕਿਉਂ ਕਿਉਂਕਿ ਉਹਨਾਂ ਗੁਰਮਖਾਣੇ ਨਾਮ ਧਿਆਇਆ ਸੀ ਉਹਨਾਂ ਨੇ ਗੁਰੂ ਦੀ ਰਾਹੀ ਨਾਮ ਧਿਆਇਆ ਸੀ ਗੁਰਮਖ ਨਾਮ ਧਿਆਏ ਅਸਤਰ ਕੋਈ ਹੈ ਦੁੱਜੇ ਨੂੰ ਦੇਗੇ ਚ ਉਬਾਲਿਆ ਤੇ ਪਤਾ ਸੀ ਚਮੜਾ ਅਲੱਗ ਤੇ ਹੱਡੀਆਂ ਲਾਗ ਹੋ ਜਾਣਗੀਆਂ ਪਰ ਨਹੀਂ ਲੋੜੇ ਤੀਜੇ ਨੂੰ ਕਿਆ ਵੇਖ ਤੇਰੇ ਦੋ ਭਰਾ ਖਤਮ ਕਰ ਦਿੱਤੇ ਤੈਰਾ ਖਸ਼ਰ ਮਾੜਾ ਹੋਵੇਗਾ ਤੇ ਕੌਣ ਸੀਗਾ ਉਹ ਉਹ ਦੀਵਾਨ ਸੀਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਦਾ ਕੌਣ ਜੀ ਭਾਈ ਸਤੀਦਾਸ ਦੀਵਾਨ ਸੀਗਾ ਇਤਿਹਾਸ ਪੜੋ ਕਿਤੇ ਖੋਲੋ ਕਿਤਾਬਾਂ ਐਡੀਆਂ ਵੱਡੀਆਂ ਪਦਵੀਆਂ ਤੇ ਰਹਿਣ ਵਾਲੇ ਸਿੱਖ ਜਿਨ੍ਹਾਂ ਨੇ ਜ਼ਿੰਦਗੀ ਦੇ ਸੱਚ ਨੂੰ ਅਪਣਾ ਲਿਆ ਸੀ ਉਹ ਕਿਵੇਂ ਡੋਲ ਸਕਦੇ ਸੀ ਰੂਹ ਚ ਲਪੇਟ ਕੇ ਸਾੜ ਦਿੱਤਾਗਾ ਛੱਲੀ ਛੱਲੀ ਹੋਇਆ ਸਰੀਰ ਪਰ ਕੀ ਅਸਤਰ ਹੋਇਆ ਉਹ اڈੋਲ ਕੋ ਕੇ ਆਪਣਾ ਆਪਾ ਕਢਵਾ ਗਏ ਦੇਗਾ ਚੋ ਬਾਲੇ ਖਾ ਗਏ ਰੂ ਨਾ ਵਿੱਚ ਲਬੇਟ ਕੇ ਸਾੜ ਦਿੱਤੇ ਗਏ ਪਰ ਉਹਨਾਂ ਸੀ ਨਾ ਕਹੀ ਬੜਿਆ ਇਤਿਹਾਸ ਹੀ ਭਰਿਆ ਪਿਆ ਸਾਡਾ ਤੇ 86% ਕੁਰਬਾਨੀਆਂ ਮੰਨਦੇ ਆ ਇਤਿਹਾਸ ਭਰਿਆ ਪਿਆ ਸਾਡੇ ਪੰਨੇ ਭਰੇ ਪਏ ਇਤਿਹਾਸ ਪਰ ਜਦੋਂ ਪੜਾਂਗੇ ਪਤਾ ਲੱਗੇਗਾ ਜਿਹੜੀਆਂ ਜ਼ਿਲਾਂ ਵਿੱਚ ਬੀਬੀਆਂ ਬੈਠੀਆਂ ਉਹਨਾਂ ਜ਼ਿਲ੍ਹਾ ਵਿੱਚ ਬੈਠੀਆਂ ਕੁਈਆਂ ਬੀਬੀਆਂ ਦੀ ਜਥੇਦਾਰ ਸੀ ਜੋ ਉਹ ਕੌਣ ਸੀ ਪਤਾ ਜੀ ਨਹੀਂ ਪਤਾ ਹੋਵੇਗਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਮਹਿਲ ਜਿਹੜੇ ਹਨ ਉਹ ਉਹਨਾਂ ਬੀਬੀਆਂ ਦੇ ਜਥੇਦਾਰ ਨੇ ਜਿਨ੍ਹਾਂ ਦੀ ਪ੍ਰਤਾਈ ਅਸੀਂ ਪੜਦੇ ਆ ਟੋਟੇ ਟੂਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਤੇ ਸ਼ਕੀਰ ਦੀ ਪਤਨੀ ਦਾ ਐਡਾ ਵੱਡਾ ਬਲਦਾਨ ਹੈ ਉਹਨਾਂ ਨੂੰ ਸਪਿਰਟ ਦੇਣਾ ਉਹਨਾਂ ਨੂੰ ਉਹਨਾਂ ਵਿੱਚ ਸਪਿਰਟ ਭਰਨੀ ਮਾਫ ਕਰਨਾ ਉਹਨਾਂ ਨੂੰ ਹਲੂਣਾ ਦੇਣਾ ਵੀ ਸਾਡੇ ਲਈ ਕੀ ਕੁਝ ਕੀਤਾ ਗੁਰੂ ਸਾਹਿਬਾਨ ਨੇ ਸੁਖਹਿਰ ਬਾਤ ਰਹਾਉ ਦੇ ਬੰਦੀ ਆਪਾਂ ਵਿਚਾਰ ਕਰ ਚੁੱਕੇ ਆ ਗੁਰਪੂਰੇ ਸਬਾਸ ਚੱਲਣ ਜਾਣਿਆ ਲਾਹਾ ਨਾਮ ਸੰਸਾਰ ਸ਼ਬਦ ਸਮਾਣਿਆ ਰਹਾਉ ਪੂਰ ਬਲਿਖੇ ਦੇਸ ਆਏ ਮਾਇਆ ਏ ਮੇਰੀ ਮਾਂ ਪੂਰਬਲੇ ਸਮੇ ਤੋਂ ਕੀ ਕਰਤਾਰ ਨੇ ਮਾਲਕ ਨੇ ਇਹ ਦਿਨ ਲਿਖ ਦਿੱਤੇ ਆ ਕਿਹੜੇ ਜੀ ਮੌਤ ਵਾਲੇ ਜਿਹੜੇ ਅਸੀਂ ਪੜਦੇ ਆ ਜਿਗਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਇ ਪਹਿਲਾਂ ਲਿਖ ਦਿੱਤੇ ਮਾਲਕ ਕਰਤਾਰ ਨੇ ਪਹਿਲਾਂ ਹੀ ਲਿਖ ਦਿੱਤਾ ਇਹ ਸਭ ਕੁਝ ਪੂਰਬ ਲਿਖੇ ਡੇ ਡੇ ਦਾ ਮਤਲਬ ਹੁੰਦਾ ਦਿਨ ਸ ਆਏ ਮਾਇਆ ਏ ਮੇਰੀ ਮਾਂ ਪੂਰਬਲੇ ਸਮੇ ਤੋਂ ਕਰਤਾਰ ਨੇ ਮਾਲਕ ਨੇ ਇਹ ਦਿਨ ਮੁਕਰਰ ਕਰ ਦਿੱਤੇ ਆ ਚੱਲਣ ਅੱਜ ਕੇ ਕੱਲ ਧੁਰੋਂ ਫਰਮਾਇਆ ਅੱਜ ਮਰ ਜਾਈਏ ਕੱਲ ਮਰ ਜਾਈਏ ਕੱਲ ਦਾ ਮਤਲਬ ਹੁੰਦਾ ਭਲਕੇ ਅੱਜ ਮਰ ਜਾਈਏ ਪਲਕ ਨੂੰ ਮਰ ਜਾਈਏ ਕੋਈ ਪਤਾ ਨਹੀਂ ਕਿਉਂਕਿ ਜੋ ਉਪਜੋ ਸੋ ਬਿਨਸ ਹੈ ਗੁਰਤੇਗ ਫਾਦਰ ਸੱਚੇ ਪਾਤਸ਼ਾਹ ਪਰ ਉਹ ਆਜ ਕਹ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਅੱਜ ਮਰਨਾ ਹੈ ਕੱਲ ਮਰਨਾ ਹੈ ਇਹ ਨਹੀਂ ਦੱਸਿਆ ਇਹ ਦੱਸਿਆ ਮੌਤ ਆਵੇਗੀ ਦੱਸਿਆ ਮੌਤ ਤੈਨੂੰ ਆਵੇਗੀ ਇਹ ਵੀ ਦੱਸਿਆ ਸਰੀਰ ਚ ਹੈ ਹੀ ਕੁਝ ਨਹੀਂ ਪੜੋ ਬਾਬਾ ਰਬਦਾਸ ਸਾਹਿਬ ਦਾ ਸ਼ਬਦ ਕਿ ਜਲ ਕੀ ਭੀਤ ਪਵਨ ਕਥਮ ਸਰੀਰ ਕੀ ਹੈ ਜਿੰਨਾ ਚੀਜ਼ਾਂ ਨੂੰ ਵਿਚਾਰੋ ਸਰੀਰ ਕੀ ਅਸੀਂ ਕਹਿੰਦਾ ਮੈਂ ਤਗੜਾ ਮੈਂ ਬਲਵਾਨ ਮੈਂ ਅਮੀਰ ਮੈਂ ਫਲਾਣਾ ਤੇ ਜਿੰਨਾ ਸਮਝਿਆ ਉਹਨਾਂ ਬੜੀ ਨਿਮਰਤਾ ਚ ਇਹ ਗੱਲ ਕਹੀ ਕਬੀਰ ਮੇਰਾ ਮੁਦਮੈ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲੱਗਿਆ ਮੇਰਾ ਮੇਰਾ ਕੀ ਹੱਡੀਆਂ ਚਮ ਸਰੀਰ ਇਹ ਵੀ ਕੋਈ ਚੀਜ਼ ਹੈ ਖਲਾਰਾ ਪਹਿਰੇ ਤੇ ਆਪਾਂ ਨੂੰ ਤੋ ਵੇਖਿਆ ਨਹੀਂ ਜਾਂਦਾ ਆ ਰੋਡ ਐਕਸੀਡੈਂਟ ਹੁੰਦਾ ਜਦੋਂ ਕੋਈ ਤੇ ਸਾਰਾ ਕੁਝ ਬਾਹਰ ਨਿਕਲ ਜਾਂਦਾ ਨਾ ਬੰਦੇ ਦਾ ਖੂਨ ਹੀ ਖੂਨ ਹੁੰਦਾ ਤੇ ਸੱਚ ਉਸ ਖੂਨ ਨੂੰ ਵੇਖ ਕੇ ਵੀ ਸਾਨੂੰ ਉਛਾਲੀ ਆ ਜਾਂਦੀ ਹੈ ਅਸੀਂ ਵੇਖ ਨਹੀਂ ਪਾਉਂਦੇ ਉਸ ਬੰਦੇ ਵੱਲ ਭਵੇਂ ਆਪਣਾ ਹੀ ਕਿਉਂ ਨਾ ਹੋਵੇ ਤੇ ਫਿਰ ਕੀ ਹੈ ਇਹਦਾ ਕਾਹਦਾ ਮਾਨ ਕਰੀ ਫਿਰਦੇ ਆਂ ਸੀ ਜਲ ਕੀ ਪੀਤ ਪਵਨ ਕਥ ਮਾਰਕਤ ਬੂੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੂ ਕਾਹ ਦੋ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਵਾਲ ਬਾਗ ਸਿਰ ਢੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ ਸਜਣਾ ਤੇ ਰਾਖ ਬਣ ਜਾਣੀਆ ਰਾਖ ਸੁਆਹ ਹੋ ਜਾਣੀ ਇਹਨੇ ਜਿਹਦਾ ਮਾਨ ਕਰੀ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਚੱਲਣ ਅੱਜ ਕੇ ਕੱਲ ਤੁਰੋ ਫਰਮਾਇਆ ਵਿਰਥਾ ਜਨਮ ਤਿੰਨਾ ਉਹਨਾਂ ਦਾ ਵਿਰਥ ਜੀਵਨ ਬਤੀਤ ਹੋ ਰਿਹਾ ਕਿਹਨਾਂ ਦਾ ਜੀ ਜਿੰਨੀ ਨਾਮ ਵਿਸਾਰਿਆ ਜਿਨ੍ਹਾਂ ਨੇ ਕਰਤਾਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾ ਵਿਆਪੇ ਜਾ ਕੋ ਓਟ ਤੁਹਾਰੀ ਤੇ ਫਿਰ ਅੱਗੇ ਕੀ ਕਿਹਾ ਕਹਿੰਦੇ ਦਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਔਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਜਲੇਗੋ ਹਾਰੀ ਏਦਾਂ ਦੀ ਖਵਾਰੀ ਹੋਣੀ ਹੈ ਜਿਵੇਂ ਸੱਪ ਤੜਫ ਦਾ ਫਿਰਦਾ ਨਾ ਜ਼ਹਿਰ ਹੁੰਦੀ ਉਹਦੇ ਚ ਏਦਾਂ ਸਾਡੇ ਚ ਵੀ ਜ਼ਹਿਰ ਭਰੀ ਪਈ ਕਾਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਦਵੈਤ ਭਾਵਨਾ ਦੀ ਚੁਗਲੀ ਦੀ ਨਿੰਦਿਆ ਦੀ ਝੂਠ ਦੀ ਯਾਰ ਤੜਫ ਦੇ ਫਿਰਦਾ ਕਿੱਥੇ ਕੱਢੀਏ ਜਿਵੇਂ ਸੱਪ ਸੋਦਦਾ ਕਿਤੇ ਕੱਢੀਏ ਤੇ ਚੰਦਨ ਤੇ ਕੱਢਦਾ ਵੈਸੇ ਉਹ ਤੇ ਸਾਡੇ ਕੋਲ ਚੰਦਨ ਕੋਈ ਨਹੀਂ ਕੌਣ ਹੈ ਗੁਰੂ ਹੈ ਤੇ ਲੋਕਾਂ ਕੋਲ ਕੱਢਣ ਵਾਲਿਆ ਯਾਰ ਲੋਕਾਂ ਕੋਲ ਕੱਢੇਗਾ ਇੱਕ ਗੱਲ ਹੋਰ ਵੀ ਇਹ ਵੀ ਨੁਕਤਾ ਯਾਦ ਰੱਖਿਓ ਸੱਪ ਜੇ ਯਾਰ ਲੋਕਾਂ ਤੇ ਕੱਢੇਗਾ ਤੇ ਲੋਕਾਂ ਨੂੰ ਮਾਰੇਗਾ ਹਨਾ ਜੀ ਤੇ ਜੇ ਸੱਪ ਜ਼ਹਿਰ ਚੰਦਨ ਤੇ ਕੱਢੇਗਾ ਚੰਦਨ ਨੂੰ ਥੋੜਾ ਮਾਰੇਗਾ ਚੰਦਨ ਤੇ ਨਹੀਂ ਉਹਦੀ ਜ਼ਹਿਰ ਨਾ ਮਰਦਾ ਸਗੋਂ ਚੰਦਨ ਤੋਂ ਉਹਨੂੰ ਠੰਡਕ ਮਿਲਦੀ ਹੈ ਜੇ ਤੇਰੇ ਚ ਵੀ ਆ ਬਲਾਮਤਾ ਨੇ ਨਾ ਵੀ ਤੂੰ ਸੱਪ ਵਰਗਾ ਜੀਵਨ ਬਤੀਤ ਕਰ ਰਿਹਾ ਹੈ ਤੇ ਫਿਰ ਯਾਰ ਲੋਕਾਂ ਦੇ ਡੰਗ ਮਾਰਨ ਨਾਲ ਐਵੇਂ ਨਾ ਕੱਢ ਵੀ ਕਿਸੇ ਦਾ ਘਰ ਬਰਬਾਦ ਕਰਾਂ ਕਿਸੇ ਦੀ ਚੁਗਲੀ ਕਰਾ ਕਿਸੇ ਦੀ ਘਰ ਹੀ ਬਰਬਾਦ ਹੁੰਦੇ ਨੇ ਨਾ ਚੀਜ਼ਾਂ ਨਾ ਕਿਸੇ ਦੇ ਡੰਗ ਮਾਰਨ ਨਾਲੋਂ ਚੰਗਾ ਤੂੰ ਆਪਣੀ ਯਾਰ ਗੁਰੂ ਕੋਲ ਲੈ ਕੇ ਆ ਤੇ ਗੁਰੂ ਦੇ ਅੱਗੇ ਕਾਢੇ ਯਾਰ ਤੇ ਗੁਰੂ ਚੰਦਨ ਹੈ ਤੈਨੂੰ ਠੰਡਕ ਦੇਵੇਗਾ ਸ਼ਬਦ ਦੀ ਬਾਣੀ ਪੜਦੇ ਹੋ ਨਾ ਦੇ ਸਾਬ ਕੀ ਕਹਿੰਦੇ ਚੰਦਨ ਚੰਦਨਾ ਸਰਦ ਰੋਤਾ ਇਥੇ ਚੰਦਨ ਵੀ ਫੇਲ ਕਰ ਦਿੱਤਾ ਚੰਦਨ ਚੰਦਨਾ ਸਰਦ ਰੋਤਾ ਮੋਲ ਨਾ ਮਿਟਖੀ ਕਾਮ ਸੀਤਲ ਥੀਵਾ ਨਾਨਕਾ ਜਪੰਦੜੋ ਹਰਨਾਮ ਸਤਿਗੁਰੂ ਜੀ ਅਗਲੀ ਗੱਲ ਕਰਦੇ ਕਹਿੰਦੇ ਬਿਰਥਾ ਜਨਮ ਤਿਨਾਂ ਜਿਨਿ ਨਾਮ ਵਿਸਾਰਿਆ ਜੂਐ ਖੇਲਣ ਜੱਗ ਕੇ ਇਹ ਮਨ ਹਾਰਿਆ ਕਹਿੰਦੇ ਜੂਏ ਦੀ ਖੇਡ ਖੇਡਦਾ ਪਿਆ ਬੰਦਾ ਸੰਸਾਰ ਦੀ ਧਰਤੀ ਤੇ ਜੂਐ ਖੇਡ ਰਿਆ ਸੀ ਅਸੀਂ ਬੜੇ ਵੱਡੇ ਜਵਾਰੀਆਂ ਪੜੋ ਰਬੀ ਬਾਣੀ ਚ ਕਿਉਂਕਿ ਜਦੋਂ ਕਿਸੇ ਕੋਲ ਇੰਗਲਿਸ਼ ਸਿੱਖਣ ਜਾਉਂਦੇ ਉਹ ਅਗਲਾ ਕਹਿੰਦਾ ਵੀ ਇੰਗਲਿਸ਼ ਤੇ ਮੀਨਿੰਗ ਅਰਥ ਇੰਗਲਿਸ਼ ਚੋਂ ਮਿਲਣਗੇ ਤੇ ਕਦੀ ਬਾਣੀ ਪੜੋ ਗੁਰਬਾਣੀ ਦੇ ਅਰਥ ਗੁਰਬਾਣੀ ਚ ਮਿਲਣਗੇ ਸਤਿਗੁਰੂ ਜੀ ਕਹਿੰਦੇ ਆ ਕਿ ਬੰਦਾ ਬਹੁਤ ਵੱਡਾ ਜਵਾਰੀ ਬਹੁਤ ਵੱਡਾ ਜਵਾਰੀ ਕਹਿੰਦੇ ਐਸਾ ਜੱਗ ਦੇਖਿਆ ਜਵਾਰੀ ਸਾਨੂੰ ਸਾਰਿਆਂ ਨੂੰ ਕੀ ਕਿਹਾ ਸਤਿਗੁਰਾਂ ਨੇ ਜਿਹੜੇ ਬਾਣੀ ਨਹੀਂ ਪੜਦੇ ਜਿਹੜੇ ਨਾਮ ਨਾਲ ਨਹੀਂ ਜੁੜੇ ਹੋਏ ਕੀ ਕਿਹਾ ਕਹਿੰਦੇ ਐਸਾ ਜੱਗ ਦੇਖਿਆ ਜਵਾਰੀ ਸਭ ਸੁੱਖ ਮੰਗਾ ਕਹਿੰਦੇ ਬਾਬਾ ਸਾਰੀ ਸੁੱਖ ਦੇ ਦੇ ਕੋਠੀ ਵੱਡੀ ਹੋਵੇ ਸਭ ਕੁਝ ਹੋਵੇ ਜੋ ਜੋ ਮੰਗਦੇ ਹੋ ਪਰ ਨਾਮ ਨਾ ਜਪਣਾ ਪਵੇ ਬੰਦਗੀ ਨਾ ਕਰਨੀ ਪਵੇ ਨਿਤਨੇਮ ਨਾ ਕਰਨਾ ਪਵੇ ਸਭ ਸੁੱਖ ਮੰਗਾ ਨਾਮ ਵਿਸਾਰੀ ਸਤਿਗੁਰੂ ਜੀ ਕਹਿੰਦੇ ਆ ਇਹ ਜੂਏ ਦੇ ਖੇਡ ਖੇਡਣ ਵਾਲਾ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲਾ ਜਾਂਦਾ ਜੂਏ ਖੇਲਣ ਜੱਗ ਕਿ ਇਹ ਮਨ ਹਾਰਿਆ ਇਹ ਸਭ ਕੁਝ ਹਾਰ ਕੇ ਚਲਾ ਜਾਂਦਾ ਹੈ ਜੀਵਨ ਮਰਨ ਸੁਖ ਕੋਏ ਜਿਨ੍ਹਾਂ ਗੁਰ ਪਾਇਆ ਸਤਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨਾ ਤੇ ਮਰਨਾ ਸੁਖਮਈ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਲੀਅਰ ਕਰਦੇ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇ ਪਰ ਭੈ ਨਹੀਂ ਜਾ ਕੇ ਕੰਚਨ ਬਾਟੀ ਮਾਨ ਨਹਿਨ ਧਿਆਨ ਉਸਤਤ ਜਾ ਕੇ ਲੋਮੋ ਅਭਮਾਨਾ ਸਤਗੁਰੂ ਜੀ ਕਲੀਅਰ ਕਰਦੇ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੈ ਧਿਆਈ ਜੇ ਭੁਖ ਦੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਮ ਦ੍ਰਿਸ਼ਟੀ ਰਵੇ ਜੇ ਅਮੀਰਾਂ ਤੇ ਅਮੀਰ ਹੀ ਹੋਈਏ ਕਦੀ ਗਰੀਬੀ ਵੀ ਆ ਸਕਦੀ ਹੈ ਜੇ ਗਰੀਬ ਆ ਤੇ ਅਮੀਰ ਵੀ ਹੋ ਸਕਦੇ ਆ ਪਰ ਸਤਗੁਰੂ ਜੀ ਕਹਿੰਦੇ ਜੇ ਸੁਖ ਦੇ ਤਤ ਤੁਜੇ ਅਰਾਦੀ ਦੁੱਖ ਪੀ ਤੁਜਾ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਸਹਿਬ ਕਹਿੰਦੇ ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਜਿਨ੍ਹਾਂ ਨੇ ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ ਉਹਨਾਂ ਦਾ ਜੀਵਨ ਸੁਖਮਈ ਹੋ ਗਿਆ ਆਨੰਦਤ ਹੋ ਗਿਆ ਆਨੰਦਤ ਹੋ ਗਿਆ ਉਹ ਮਰਨ ਵੇਲੇ ਵੀ ਕਬਰਾਏ ਨਹੀਂ ਉਹਨਾਂ ਨੇ ਕਿਹਾ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੈ ਦਵਾਰ ਇਸ ਲਈ ਕਹਿੰਦੇ ਨਾਨਕ ਸੱਚੇ ਸੱਚ ਸੱਚ ਸਮਾਇਆ ਏ ਨਾਨਕ ਜਿਹੜਾ ਸਦਾ ਫਿਰ ਹੈ ਜਿਹੜਾ ਨਾਮ ਕਦੀ ਖਤਮ ਹੋਣ ਵਾਲਾ ਨਹੀਂ ਜਿਹੜਾ ਸੱਚਾ ਹੈ ਜਿਹਨੂੰ ਕਿਹਾ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸ ਹੀ ਪੀ ਸੱਚ ਕਹਿੰਦੇ ਉਹਦੇ ਵਿੱਚ ਹੀ ਫਿਰੇ ਬੰਦਾ ਸਮਾ ਜਾਂਦਾ ਹੈ ਕਿਹੜਾ ਜਿਹੜਾ ਕਰਤਾਰ ਦੇ ਸ਼ਬਦ ਨਾਲ ਬਾਣੀ ਨਾਲ ਮਾਲਕ ਨਾਲ ਜੁੜ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਕਰਨ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਸੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਅੰਦਰ ਬਿਆਨ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨੇ ਸੱਚ ਦੀ ਸਾਨੂੰ ਸਮਝ ਆ ਜਾਵੇ ਬਹੁਤ ਬਹੁਤ ਧੰਨਵਾਦ ਫਤੇ ਟੀਵੀ ਪਰਿਵਾਰ ਦਾ ਆਪ ਦੂਰੋਂ ਣੜਕ ਚੱਲ ਕੇ ਆਈਆਂ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਟਿਕਾਅ ਵਿੱਚ ਬੜੇ ਪਿਆਰ ਵਿੱਚ ਬੈਠ ਕੇ ਸਰਵਨ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਾਣੀ ਦੀ ਸਮਝ ਦੇਣਾ ਤੇ ਉਸ ਅਨੁਸਾਰ ਜੀਵਨ ਹੋ ਜਾਏ ਅਖੀਰ ਫਤਿਹ ਦੀ ਸੰਨ ਕਰੀਏ ਬਲਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ